بسم اللہ الرحمن الرحیم السلام علیکم میرے پیارے پیارے پینو پراو کے حال جی ਤੁਹਾਡਾ ٹھیک ٹھاک ਹੋ امید ਕਰਨੇ ਆ ਤੁਸੀਂ ٹھیک ٹھاک ਹੋ ਤੇ انشاءاللہ جی اج میں ਤੁਹਾਡਾ ਨਾਲ ਸ਼ੇਅਰ ਕਰਨ ਲੱਗੀ ਆ ਆਪਣੇ ਲੰਚ ਟਾਈਮ ਦੀ ਲੰਚ ਟਾਈਮ ਤੇ ਜੋ ਕੁਝ ਜਿਸੀ ਖਾਣਾ ਪੀਣਾ ਵੈ ਉਹਦੀ ਰੁਟੀਨ ਜਿਹੜੀ ਉਹ ਮੈਂ ਸ਼ੇਅਰ ਕਰਾਂ ਦੀ ਇਹ तकरीबन 5 ਦਾ ਟਾਈਮ ਹੋ ਗਿਆ ਵੇ ਤੇ ਸਭ ਤੋਂ ਪਹਿਲੇ ਮੈਂ ਤੇ ਮੇਰੀ ਬੇਟੀ ਨੇ ਅੰਡੇ ਬੋਇਲ ਕੀਤੇ ਤੇ ਚਾਹ ਬਣਾਈ ਤੇ ਨਾਲ ਬਿਸਕਟ ਤੇ ਥੋੜਾ ਜਿਹਾ એનર્ਜੀ ਬਾਰ ਬਹਲ ਕੀਤੇ ਕਿਉਂਕਿ ਅੱਜ ਵਾਸ਼ਿੰਗ ਮਸ਼ੀਨ ਵੀ ਲਾਈ ਸੀ ਫਰਸ਼ ਵਗੈਰਾ ਵੀ ਧੋਤੇ ਨੇ ਤੇ ਕਾਫੀ ਕੰਮ ਸੀ ਤੇ ਬਹੁਤ ਜ਼ਿਆਦਾ ਥਕਾਵਟ ਹੋ। ਤੇ ਮੈਂ ਸੋਚਿਆ ਚਲੋ ਅੰਡੇ ਬੋਲ ਕਰ ਲੈਣੇ ਆ ਤੇ ਨਾਲ ਬਿਸਕੁਟ ਤੇ ਚਾਹ ਮੈਂ ਕਦੇ ਨੀ ਦਿਨ ਨੂੰ ਪੀਤੀ ਲੇਕਿਨ ਅੱਜ ਥਕਾਵਟ ਬਹੁਤ ਜ਼ਿਆਦਾ ਸੀ ਤੇ ਮੇਰਾ ਦਿਲ ਕਰਨ ਲੱਗਿਆ ਸੀ ਕਿ ਮੈਂ ਚਾਹ ਥੋੜੀ ਜਿਹੀ ਪੀਵਾਂ। ਚਾਹ ਹੈ ਰਾਨ ਥੋੜੀ ਤੇ ਨੀ ਬਹੁਤ ਫੁੱਲੋ ਫੁੱਲ ਕੱਪ ਕਰ ਲਿਆ ਸੀ ਮੈਂ। ਫਿਰ ਸਾਰੀ ਰਾਤ ਉਨ ਜਾਗਣਾ ਮੈਂ। ਚਾਹ ਪੀ ਲਓ ਤੇ ਮੇਰੇ ਕੋਲ ਸੋਇਆ ਨਹੀਂ ਜਾਂਦਾ। ਲੇਕਿਨ ਅੱਜ ਥਕਾਵਟ ਜ਼ਿਆਦਾ ਸੀ ਤੇ ਮੈਂ ਚਲੋ ਪੀ ਲੈਣੇ ਜੀ ਤੇ ਅੰਡੇ ਸਾਡੇ ਜਿਹੜੇ ਨੇ ਮੈਂ ਉਬਾਲ ਕੇ ਰੱਖੇ ਸੀ ਉਹ ਸਾਫ ਸੁਥਰੇ ਹੋ ਗਏ ਨੇ ਛਿਲਕਾ ਉਤਰ ਗਿਆ ਉਹਨਾਂ ਦਾ ਤੇ ਹੁਣ ਮੈਂ ਇਹਨਾਂ ਨੂੰ ਕੱਟ ਕਰ ਲਵਾਂਗੀ ਔਰ ਚਾਟ ਮਸਾਲਾ ਛੜਕ ਕੇ ਤੇ ਅਸੀਂ ਇਹ ਇੰਜੋਏ ਕਰਾਂਗੇ ਆ ਮਾਂ ਬੇਟੀ ਦੋਨੋਂ ਅੱਛਾ ਜੀ ਲੰਚ ਟਾਈਮ ਜਿਹੜਾ ਉਹ ਸਾਡਾ ਤਕਰੀਬਨ 8 ਵਜੇ ਤੱਕ ਹੋ ਜਾਂਦਾ ਵਾ ਲੇਕਿਨ ਉਸ ਤੋਂ ਪਹਿਲੇ ਮੈਂ ਚਾਹ ਪੀ ਲਈ ਕਿਉਂਕਿ ਭੁੱਖ ਵੀ ਲੱਗੀ ਸੀ ਔਰ ਥਕਾਵਟ ਵੀ ਹੋਈ ਸੀ ਔਰ ਉਸ ਤੋਂ ਬਾਅਦ ਫਿਰ ਸਭ ਤੋਂ ਪਹਿਲੇ ਫਿਰ ਮੈਂ ਆਲੂ ਬੈਂਗਨ ਜਿਹੜੇ ਨੇ ਉਹ ਥੋੜਾ ਜਿਹਾ ਉਹਨਾਂ ਦਾ ਕੰਮ ਖਤਮ ਕਰਕੇ ਰੱਖ ਦਿੱਤਾ। ਕੜਾਹੀ ਵਿੱਚ ਪਾ ਕੇ ਕੱਟੀਆਂ ਸਾਰੀਆਂ ਚੀਜ਼ਾਂ ਤੇ ਮਰਚ ਮਸਾਲੇ ਸਾਰੇ ਨਮਕ ਵਗੈਰਾ ਤੇ ਔਰ ਜਿਹੜੇ ਮਸਾਲੇ ਨੇ ਆਇਲ ਵਗੈਰਾ ਟਮਾਟਰ ਤੇ ਉਹ ਮੈਂ ਰੱਖ ਦਿੱਤੇ। ਦਰਮਿਆਨੀ ਜੀ ਅੱਗ ਤੇ ਮੈਂ ਚਲੋ ਨਾਲ-ਨਾਲ ਇਹ ਵੀ ਕੰਮ ਪਿਆ ਹੋਵੇ ਤੇ ਸਾਡਾ ਰਾਤਾ ਲੰਚ ਵੀ ਨਾਲ ਤਿਆਰ ਹੋ ਜਦਾ ਤੇ ਫਿਰ ਚਾਹ ਪੀਨੇ ਤੋਂ ਪਹਿਲੇ ਹਸਬੰਦ ਫਰੂਟ ਲੈ ਕੇ ਆ ਗਏ ਸਬਜ਼ੀ ਲੈਂਦੀ ਸੀ ਉਹਨਾਂ ਨੇ ਉਹ ਤੇ ਕੱਟ ਕੇ ਮੈਂਂਡੀ ਰੱਖ ਦਿੱਤੀ ਤੇ ਫਰੂਟ ਜਿਹੜੇ ਨੇ ਉਹ ਮੈਂ ਟੋਕਰੀ ਚ ਰੱਖਣ ਲੱਗੀ ਆ ਇਹਨਾਂ ਤੋਂ ਹੋ ਗਏ ਇਨਸ਼ਾਅੱਲਾ ਤੇ ਫ੍ਰਿਜਰ ਵਿੱਚ ਰੱਖ ਦਾਂਗੀ ਇਹ ਤਕਰੀਬਨ 1.5 ਹਫਤਾ ਪਹਿਲੇ ਦੀ ਵੀਡੀਓ ਤੇ ਟਾਈਮ ਨਹੀਂ ਸੀ ਪਿਆ ਮਿਲਦਾ ਤਾਂ ਮੈਂ ਚਲੋ ਅੱਜ ਨਾ ਜ਼ਰਾ ਇਹਨੂੰ ਰੈਡੀ ਸਟੈਡੀ ਕਰਕੇ ਤੇ ਅਪਲੋਡ ਕਰੀ ਦਵਾਂ ਜੀ ਤੇ ਫਰੂਟ ਜਿਹੜਾ ਮੈਂ ਟੋਕਰੀਆਂ 'ਚ ਰੱਖ ਲਿਆ ਤੇ ਉਹਨਾਂ ਇਹਦੇ ਨਾਲ ਨਾਲ ਸਟੋੜਾ ਥੋੜਾ ਜਿਹਾ ਕੰਮ ਵੀ ਕਰਾਂ ਦੇ ਥੋੜੀ ਜਿਹੀ એનર્ਜੀ ਬਾਲ ਹੋ ਗਈ ਏ ਜੀ ਤੇ ਸਾਲਣ ਮੇਰਾ तकरीबन ਆਲੂ ਬੈਂਗਨ ਦਾ ਰੈਡੀ ਹੋ ਚੁੱਕਿਆ ਹੈ ਇਹਦੇ ਵਿੱਚ ਮੈਂ ਹੁਣੁਂੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਤੇ ਹੌਨ ਮੈਂ ਹਾਸਤਾ ਹਾਸਤਾ ਪਤਾ ਮਨ ਲੱਗਣ ਲੱਗ ਪਿਆ ਕਿ ਹਸਬੰਦ ਦੇ ਦੇ ਬੇਟੇ ਦੇ ਅਮੇ ਦਾ ਟਾਈਮ ਹੋ ਗਿਆ ਮੈਂ ਨਾਲ ਚਪਾਤੀਆਂ ਬਣਾਣ ਲੱਗ ਪਈਆਂ ਸਾਲ ਨੂੰ ਰੀਫਰੈਸ਼ ਕਰ ਲਿਆ ਵੇ ਇੱਕ ਵਾਰੀ ਗਰਮ ਕਰਕੇ ਕਬਾਬ ਫ੍ਰੀਜ਼ ਹੋਏ ਪਏ ਸੀ ਉਹਨਾਂ ਨੂੰ ਕੱਢ ਕੇ ਮੈਂ ਜਲਦੀ ਜਲਦੀ ਫ੍ਰਾਈ ਕਰ ਲਿਆ ਥੋੜਾ ਜਿਨਾਂ ਦੀ ਸ਼ਕਲ ਜਿਹੜੀ ਚੇਂਜ ਹੋ ਗਈ ਕਿਉਂਕਿ ਇਹਨਾਂ ਨੂੰ ਮੈਂ ਡੀਫ੍ਰੋਸਟ ਕੋਈ ਨਹੀਂ ਸੀ ਕੀਤਾ ਥੋੜੀ ਮੈਂ ਲੇਟ ਹੋ ਗਈ ਸੀ ਲੰਚ ਵਾਸਤੇ ਤੇ ਇਸ ਵਾਸਤੇ ਜਲਦੀ ਜਲਦੀ ਸਾਰਾ ਕੰਮ ਕੀਤਾ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤੇ ਲਾਈਕ ਸਬਸਕ੍ਰਾਈਬ ਕਰੋ ਓਕੇ ਜੀ ਅੱਲਾ ਹਾਫਿਜ਼